ਹੈਲੋ एवरीवन ਦਿਸ ਇਜ਼ ਡਾਕਟਰ ਮੁਰਤਜ਼ਾ ਅੱਜ ਤੁਹਾਡੇ ਲਈ ਕੁਝ ਜਨਰਲ ਟਿਪਸ ਲੈ ਕੇ ਆਇਆ ਮੈਂ ਜ਼ਿੰਦਗੀ گزارਣ ਦੇ ਆਸਾਨ ਤਰੀਕੇ ਕੁਝ ਐਸੀਆਂ ਚੀਜ਼ਾਂ ਜਿਹਦੇ ਨਾਲ ਲਾਈਫ ਤੁਹਾਡੀ ਆਸਾਨ ਹੋ ਜਾਏ ਕੁਝ ਖਾਣ ਪੀਣ ਵਾਲੀਆਂ ਐਸੀਆਂ ਚੀਜ਼ਾਂ ਕੁਝ ਜ਼ਿੰਦਗੀ ਨੂੰ ਥੋੜਾ ਜਿਹਾ ਟਵਿਸਟ ਕਰਨ ਵਾਲੀਆਂ ਚੀਜ਼ਾਂ ਅਗਰ ਤੁਸੀਂ ਇਹਨਾਂ ਤੇ ਅਮਲ ਕਰਨਾ ਸ਼ੁਰੂ ਕਰਦੇ ਹੋ ਤੇ ਇੱਕ ਇੱਕ ਕਰਕੇ ਇਹਨਾਂ ਨੂੰ ਲਿਖ ਲਓ ਕਾਗਜ਼ ਪੈਨਸਲ ਨਾਲ ਅਗਰ ਤੁਸੀਂ ਇਹਨਾਂ ਤੇ ਅਮਲ ਕਰਨਾ ਸ਼ੁਰੂ ਕਰਦੇ ਹੋ ਤੇ ਆਈ ਐਮ ਵੈਰੀ ਮਚ ਸ਼ੋਰ ਕਿ ਤੁਸੀਂ ਇੱਕ ਬਹੁਤ ਕੁਆਲਿਟੀ ਲਾਈਫ ਗੁਜ਼ਾਰੋਗੇ ਬਾਕੀ ਜ਼ਿੰਦਗੀ ਕਿੰਨੀ ਹੈ ਉਹ ਤੇ ਉਹਦੇ ਇਖਤਿਆਰ ਚ ਹੈ ਆਪਣੇ ਇਖਤਿਆਰ ਚ ਨਹੀਂ ਲੇਕਿਨ ਜਿੰਨੀ ਹੈ ਉਨੀ ਗੁਜ਼ਰੇ ਤੇ ਅੱਛੀ ਔਰ ਖੂਬਸੂਰਤ ਗੁਜ਼ਰੇ ਔਰ ਸਿਹਤਮੰਦ ਗੁਜ਼ਰੇ ਡਾਕਟਰਾਂ ਕੋਲੇ ਨਾ ਜਾਣਾ ਪਵੇ ਡਾਕਟਰਾਂ ਨਾਲ ਵਾਸਤਾ ਨਾ ਪਵੇ ਇਹਦੇ ਵਾਸਤੇ ਤੁਸੀਂ ਚੰਦ ਇੱਕ ਚੀਜ਼ਾਂ ਆਪਣੀ ਜ਼ਿੰਦਗੀ ਚ ਐਡ ਅਪ ਕਰ ਲਓ ਉਹਨਾਂ ਚੀਜ਼ਾਂ ਚ ਨੰਬਰ 1 ਤੇ ਚੀਜ਼ ਇਹ ਹੈ ਕਿ ਤੁਸੀਂ ਸਭ ਤੋਂ ਪਹਿਲੇ ਆਪਣੀ ਜ਼ਿੰਦਗੀ ਚ ਐਕਸਰਸਾਈਜ਼ ਐਡ ਕਰੋ ਤੁਹਾਡੀ ਉਮਰ ਬੇਸ਼ੱਕ 15 ਸਾਲ ਹੈ ਤੇ ਬੇਸ਼ੱਕ ਤੁਹਾਡੀ ਉਮਰ 50 ਸਾਲ ਹੈ ਜਾਂ 60 70 ਸਾਲ ਹੈ ਜਾਂ 60 ਸਾਲ ਹੈ ਅਗਰ ਤੁਸੀਂ ਆਪਣੀ ਜ਼ਿੰਦਗੀ ਚ ਐਕਸਰਸਾਈਜ਼ ਨੂੰ ਐਡਪਟ ਕਰ ਲਓ ਤੇ ਤੁਹਾਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਰਹਿੰਦੀ ਨਾ ਤੁਹਾਨੂੰ ਆਰਥਰਾਈਟਸ ਦਾ ਮਰਜ਼ ਹੁੰਦਾ ਹੈ ਨਾ ਤੁਹਾਨੂੰ ਹੱਡੀਆਂ ਦਾ ਕੋਈ ਇਸ਼ੂ ਹੁੰਦਾ ਨਾ ਤੁਹਾਨੂੰ ਆਸਟਿਓਪਰੋਸਿਸ ਹੁੰਦਾ ਨਾ ਤੁਹਾਡੀਆਂ ਲੱਤਾਂ ਕਮਜ਼ੋਰ ਹੁੰਦੀਆਂ ਨੇ ਨਾ ਤੁਹਾਡੀ ਸਕਿਨ ਖਰਾਬ ਹੁੰਦੀ ਹੈ ਨਾ ਤੁਹਾਨੂੰ ਐਸਥਮਾ ਹੁੰਦਾ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਖਾਂਦੇ ਪੀਂਦੇ ਉਹ ਪੂਰੀ ਤਰ੍ਹਾਂ ਡਾਈਜੈਸਟ ਨਹੀਂ ਹੋ ਪੰਦਾ ਉਸ ਡਾਈਜੈਸ਼ਨ ਦੇ ਪ੍ਰੋਸੈਸ ਨੂੰ ਸਲੋ ਕਰਦਾ ਹੈ ਤੁਹਾਡਾ ਬੈਠਣਾ ਫਿਰ ਉੱਪਰੋਂ ਪਾਣੀ ਪੀ ਲੈਣਾ ਫਿਰ ਉੱਪਰੋਂ ਬੈਠ ਜਾਣਾ ਫਿਰ ਖਾ ਲੈਣਾ ਫਿਰ ਬੈਠ ਜਾਣਾ ਤੇ ਅਸੀਂ ਜ਼ਿੰਦਗੀ 'ਚ ਫਟੀਕ ਬਹੁਤ ਜ਼ਿਆਦਾ ਰੱਖੀ ਹੋਈ ਹੈ ਐਕਸਰਸਾਈਜ਼ ਨਹੀਂ ਰੱਖੀ ਹੋਈ ਅਗਰ ਤੁਸੀਂ ਸਿਰਫ ਅੱਧਾ ਘੰਟਾ ਰੋਜ਼ ਆਪਣੀ ਲਾਈਫ 'ਚ ਐਕਸਰਸਾਈਜ਼ ਐਡ ਕਰ ਲਓ ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਦਵਾਈਆਂ ਦੀ ਜ਼ਰੂਰਤ ਖਤਮ ਹੋ ਜਾਏਗੀ ਤੇ ਜਿਹੜੀ ਸਭ ਤੋਂ ਅੱਛੀ ਐਕਸਰਸਾਈਜ਼ ਹੈ ਅਗਰ ਮੈਂ ਤੁਹਾਨੂੰ ਅੱਜ ਦੱਸਾਂ ਤੇ ਉਹ ਐਕਸਰਸਾਈਜ਼ ਹੈਗੀ ਹੈ ਵਾਕ ਤੇਜ਼ ਵਾਕ ਜਿਹਨੂੰ ਬ੍ਰਿਸਕ ਵਾਕ ਕਹਿੰਦੇ ਹਨ ਅਗਰ ਤੁਸੀਂ ਤੇਜ਼ ਵਾਕ ਨੂੰ ਆਪਣਾ ਮਾਮੂਲ ਬਣਾ ਲਓ 15 ਮਿੰਟ ਤੋਂ 30 ਮਿੰਟ ਜਸਟ ਇਹ ਪੂਰੇ ਦਿਨ ਚ 15 ਤੋਂ 30 ਮਿੰਟ ਤੇਜ਼ ਵਾਕ ਕਰ ਲਓ ਤੁਸੀਂ ਇਸ ਤੇਜ਼ ਵਾਕ ਨਾਲ ਤਕਰੀਬਨ 5 7 6 7 ਕਿਲੋਮੀਟਰ ਡਿਸਟੈਂਸ ਤੈਅ ਕਰ ਲੋਗੇ 15 ਤੋਂ 30 ਮਿੰਟ ਚ ਅਗਰ ਤੇਜ਼ ਵਾਕ ਕਰੋ ਅਗਰ ਇਹਨੂੰ ਤੁਸੀਂ ਜ਼ਿੰਦਗੀ ਦੀ ਆਦਤ ਬਣਾ ਲਓ ਤੇ ਆਲਮੋਸਟ 1 ਸਾਲ ਦੇ ਅੰਦਰ ਅੰਦਰ ਇਹ ਆਦਤ ਦਾ ਤੁਹਾਨੂੰ ਨਸ਼ਾ ਲੱਗ ਜਾਏਗਾ ਜਦੋਂ ਤੁਹਾਨੂੰ ਇਸ ਆਦਤ ਦਾ ਨਸ਼ਾ ਲੱਗ ਗਿਆ ਤੇ ਤੁਹਾਨੂੰ ਹੋਰ ਕਿਸੇ ਨਸ਼ੇ ਦੀ ਫਿਰ ਜ਼ਰੂਰਤ ਨਹੀਂ ਇਹ ਇੰਨੀ ਅੱਛੀ ਆਦਤ ਹੈ ਕਿ ਇਸ ਤੋਂ ਬਾਅਦ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਰਹੇਗੀ ਤੇ ਜਦੋਂ ਵੀ ਤੁਸੀਂ ਚੱਲਣਾ ਹੈ ਤੇ ਤੁਸੀਂ ਵਾਕ ਇਸ ਤਰ੍ਹਾਂ ਕਰਨੀ ਹੈ ਕਿ ਤੁਹਾਡੇ ਪੈਰ ਜਿਹੜੇ ਨੇ ਨਾ ਉਹਨਾਂ ਦੇ ਨਾਲ-ਨਾਲ ਤੁਹਾਡੇ ਬਾਜ਼ੂ ਜਿਹੜੇ ਉੱਪਰ ਤੱਕ ਆਨ ਔਰ ਤੁਹਾਡੇ ਘੁਟਨੇ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਨੀਜ਼ ਕਰਨੇ ਇਹ ਵੀ ਥੋੜਾ ਜਿਹਾ ਉੱਚਾ ਹੋ ਕੇ ਰਹਿਣ ਇਹਨਾਂ ਨੂੰ ਵੀ ਜ਼ਰਾ ਜ਼ਿਆਦਾ ਯੂਜ਼ ਕਰਨਾ ਹੈ ਪੂਰੇ ਜਿਸਮ ਦੀ ਐਕਸਰਸਾਈਜ਼ ਹੋ ਜਾਂਦੀ ਹੈ ਤੇਜ਼ ਵਾਕ ਪਹਿਲਾ ਸੂਲ ਜ਼ਿੰਦਗੀ ਦਾ ਇਹ ਬਣਾ ਲਓ ਇਹਨੂੰ ਸਿੱਖ ਲਓ ਔਰ ਇਹਨੂੰ ਨਾ ਛੱਡਣਾ ਕਦੇ ਵੀ ਜਿਹਦੀ ਜ਼ਿੰਦਗੀ 'ਚ ਹੈਗਾ ਉਹ ਬੜਾ ਖੁਸ਼ਕਿਸਮਤ ਹੈ ਤਾਂ ਜਿਹਦੀ ਜ਼ਿੰਦਗੀ 'ਚ ਨਹੀਂ ਹੈਗਾ ਉਹਨੂੰ ਇਹ ਐਡਪਟ ਕਰ ਲੈਣਾ ਚਾਹੀਦਾ ਅੱਜ ਹੀ ਤੇ ਜਿਸ ਦਿਨ ਤੁਸੀਂ ਐਡਪਟ ਕਰ ਲਿਆ ਤੇ ਉਸ ਤੋਂ ਸਾਲ 6 ਮਹੀਨੇ ਬਾਅਦ ਦੀ ਆਪਣੀ ਸਿਹਤ ਦਾ ਕੰਪੈਰੀਜ਼ਨ ਕਰ ਲੈਣਾ ਤੁਹਾਡੀ ਸਿਹਤ ਪਹਿਲੇ ਕਿੱਥੇ ਸੀ ਤੇ ਸਾਲ ਬਾਅਦ ਤੁਹਾਡੀ ਸਿਹਤ ਕਿੱਥੇ ਹੈ ਤੇ ਤੁਸੀਂ ਇਮੇਜਿਨ ਕਰੋ ਅਗਰ ਤੁਸੀਂ 10 ਸਾਲ ਜਾਂ 20 ਸਾਲ ਕਰੋ ਇਹੀ ਵਾਕ ਤੇ ਫਿਰ ਤੁਹਾਡੀ ਸਿਹਤ ਕਿੱਥੇ ਹੋਏਗੀ ਸਾਡੇ ਤੋਂ ਤੁਹਾਡੀ ਜਾਨ ਛੁੱਟ ਜਾਏਗੀ ਡਾਕਟਰਾਂ ਕੋਲੇ ਨਹੀਂ ਜਾਣਾ ਪਏਗਾ ਪਹਿਲਾ ਟਿਪ ਜ਼ਿੰਦਗੀ ਦਾ ਇਹ ਹੈ ਇਹਨੂੰ ਨਾ ਭੁੱਲਿਓ ਆਜੋ ਹੁਣ ਦੂਸਰੇ ਟਿਪ ਵੱਲ ਜਦੋਂ ਤੁਸੀਂ ਸਵੇਰ ਉੱਠਦੇ ਹੋ ਤੇ ਉੱਠਦੇ ਅਨਸਾਰ ਕੀ ਕਰਦੇ ਹੋ ਬਹੁਤ ਸਾਰੇ ਲੋਗ ਮੇਰੇ ਕੋਲ ਆਉਂਦੇ ਨੇ ਉਹ ਕਹਿੰਦੇ ਨੇ ਅਸੀਂ ਉੱਠਦੇ ਅਸਾਰ ਇੱਕ ਗਲਾਸ ਗਰਮ ਪਾਣੀ ਦਾ ਪੀਨੇ ਵਾਰਮ వాటర్ ਉਹਦੇ ਚ ਲੈਮਨ ਛੜਕ ਕੇ ਇਹ ਕਰਕੇ ਉਹ ਕਰਕੇ ਇਹ ਸਭ ਤੋਂ ਵੱਡੀ ਮਿਸਟੇਕ ਹੈ ਇਹ ਨਾ ਕਰਿਆ ਕਰੋ ਤੁਸੀਂ ਨੋਰਮਲ వాటర్ ਪੀਓ ਜਦੋਂ ਉੱਠੋ ਉੱਠਦੇ ਅਸਾਰ ਨੋਰਮਲ వాటర్ ਪੀਓ ਅਗਰ ਤੁਸੀਂ ਉਹਨੂੰ ਬਹੁਤ ਅੱਛਾ ਕਰਨਾ ਚਾਹੁੰਦੇ ਹੋ ਉਸ వాటర్ ਨੂੰ ਤੇ ਉਹਦੀ ਇੱਕ ਟਿਪ ਦੇ ਦਿੰਦਾ ਉਹਨੂੰ ਉਸ ਤਰ੍ਹਾਂ ਕਰਕੇ ਪੀਣਾ ਸ਼ੁਰੂ ਕਰ ਦਿਓ ਐਲੋਵੇਰਾ ਜਿਹਨੂੰ ਆਪਾਂ ਕਵਾਰ ਗਿੰਦਲ ਕਹਿੰਦੇ ਆ ਐਲੋਵੇਰਾ ਦਾ ਜੂਸ ਲੈ ਕੇ ਇੱਕ ਬੋਤਲ ਚ ਪਾ ਕੇ ਰੱਖ ਲਓ। ਅਗਰ ਤੁਹਾਡੇ ਕੋਲ ਐਲੋਵੇਰਾ ਦਾ ਜੂਸ ਅਵੇਲੇਬਲ ਨਹੀਂ ਤੁਹਾਡੇ ਮੁਲਕ ਚ ਤੇ ਤੁਸੀਂ ਐਲੋਵੇਰਾ ਦਾ ਗੁੱਦਾ ਲੈ ਲਓ। ਕਵਾਰ ਗੰਦਲ ਦਾ ਗੁੱਦਾ ਉੱਪਰੋਂ ਉਹਦਾ ਗ੍ਰੀਨ ਛਿਲਕਾ ਪੀਲ ਆਫ ਕਰ ਲਓ, ਉਤਾਰ ਲਓ। ਉਹਦੇ ਅੰਦਰ ਵਾਈਟ ਕਲਰ ਦਾ ਗੁੱਦਾ ਨਿਕਲੇਗਾ। ਉਸ ਗੋਦੇ ਨੂੰ ਤੁਸੀਂ ਜੂਸਰ ਬਲੈਂਡਰ ਵਾਲੇ ਜੱਗ ਚ ਪਾਓ। ਉਹਦੇ ਵਿੱਚ ਤੁਸੀਂ ਸਿਰਕਾ ਪਾਓ ਇੱਕ ਗਲਾਸ। ਸਪੋਜ਼ 1/2 ਕਿਲੋ ਗੁੱਦਾ ਤੇ ਇੱਕ ਗਲਾਸ ਤੁਸੀਂ ਉਹਦੇ ਚ ਪਾਣੀ ਪਾ ਦਿਓ ਔਰ ਇੱਕ ਗਲਾਸ ਤੁਸੀਂ ਉਹਦੇ ਚ ਸਿਰਕਾ ਪਾ ਦਿਓ। ਉਹਨੂੰ ਬਲੈਂਡ ਕਰ ਲੋ ਅੱਛੀ ਤਰ੍ਹਾਂ ਜਦੋਂ ਤੁਸੀਂ ਉਹਨੂੰ ਅੱਛੀ ਤਰ੍ਹਾਂ ਬਲੈਂਡ ਕਰ ਲੋਗੇ ਉਹ ਜੂਸ ਬਣ ਜਾਏਗਾ ਉਹਦਾ ਉਸ ਜੂਸ ਦਾ ਇੱਕ ਚਮਚ ਤੁਸੀਂ ਰੋਜ਼ਾਨਾ ਆਪਣੇ ਇੱਕ ਗਲਾਸ ਪਾਣੀ 'ਚ ਪਾ ਕੇ ਰਾਤ ਨੂੰ ਆਪਣੇ ਬੈੱਡ ਦੀ ਸਾਈਡ ਟੇਬਲ ਤੇ ਰੱਖ ਲੈਣਾ ਨਾਰਮਲ ਵਾਟਰ ਕੋਈ ਵਾਰਮ ਨਹੀਂ ਕਰਨਾ ਉਹਨੂੰ ਕੋਈ ਗਰਮ ਨਹੀਂ ਕਰਨਾ ਕੋਈ ਉਬਲਿਆ ਹੋਇਆ ਵਾਟਰ ਯੂਜ਼ ਨਹੀਂ ਕਰਨਾ ਕਦੀ ਵੀ ਲਾਈਫ 'ਚ ਨਾਰਮਲ ਵਾਟਰ ਉਹਦੇ 'ਚ ਪਾ ਕੇ ਉਹਨੂੰ ਟੱਕ ਕੇ ਆਪਣੇ ਸਾਈਡ ਟੇਬਲ ਤੇ ਰੱਖ ਦਿਓ ਸਵੇਰ ਜਦੋਂ ਉੱਠੋ ਅਗਰ ਤੁਸੀਂ ਬਰਸ਼ ਕਰਕੇ ਪੀਣਾ ਚਾਹੋ ਤਾਂ ਵੀ ਗੁੱਡ ਹੈ ਅਗਰ ਬਰਸ਼ ਤੋਂ ਪਹਿਲੇ ਪੀਣਾ ਚਾਹੋ ਤੇ ਤਾਂ ਵੀ ਗੁੱਡ ਹੈ ਉਸ ਗਲਾਸ ਨੂੰ ਪੂਰਾ ਪੀ ਲਓ ਔਰ ਆਪਣੀ ਜ਼ਿੰਦਗੀ ਚ ਚੇਂਜਸ ਦੇਖਣਾ ਇਹ ਗਲਾਸ ਉਹ ਗਲਾਸ ਹੈ ਜਿਹਨੇ ਤੁਹਾਡੀ ਜ਼ਿੰਦਗੀ ਚ ਵਿਟਾਮਿਨ A ਦੀ ਕਮੀ ਪੂਰੀ ਕਰ ਦੇਣੀ E ਵਿਟਾਮਿਨ E ਦੀ ਕਮੀ ਇਧਰ ਛੋਰ ਵੀ ਵਿਟਾਮਿਨ ਨੇ ਲੇਕਿਨ ਵਿਟਾਮਿਨ E ਇਧਰ ਚ ਜ਼ਿਆਦਾ ਮਿਕਦਾਰ ਚ ਹੈ ਉਸ ਜ਼ਿਆਦਾ ਮਿਕਦਾਰ ਨਾਲ ਕੀ ਹੋਏਗਾ ਇੱਕ ਤੇ ਤੁਹਾਨੂੰ ਕਦੀ ਥਾਇਰੋਇਡ ਨਹੀਂ ਹੋਏਗਾ ਥਾਇਰয়েড ਹਰ ਤੀਸਰੇ ਚੌਥੇ ਬੰਦੇ ਨੂੰ ਥਾਇਰয়েড ਦਾ ਇਸ਼ੂ ਹੈ ਥਾਇਰয়েড ਹੈ ਵਾਲਾ ਗਲੈਂਡ ਹੈ ਜਿਹਦੇ ਤੇ ਅਸੀਂ ਕਾਫੀ ਸਾਰੇ ਸ਼ੋਅ ਕੀਤੇ ਹੋਏ ਨੇ ਅਗਰ ਤੁਸੀਂ ਦੇਖਣੇ ਹੋ ਤਾਂ ਦੇਖ ਸਕਦੇ ਹੋ ਉਹ ਗਲੈਂਡ ਡਿਸਟਰਬ ਹੋ ਜਾਏ ਤੇ ਪੂਰੀ ਲਾਈਫ ਡਿਸਟਰਬ ਹੋ ਜਾਂਦੀ ਹੈ ਥਾਇਰয়েড ਗਲੈਂਡ ਪੰਜ ਚੀਜ਼ਾਂ ਨੂੰ ਜਿਸਮ ਚ ਕੰਟਰੋਲ ਕਰਦਾ ਇੱਕ ਕਿਡਨੀ ਨੂੰ ਕੰਟਰੋਲ ਕਰਦਾ ਇੱਕ ਲਿਵਰ ਨੂੰ ਕੰਟਰੋਲ ਕਰਦਾ ਇੱਕ ਸਟਮਕ ਨੂੰ ਕੰਟਰੋਲ ਕਰਦਾ ਇੱਕ ਹਾਰਟ ਨੂੰ ਕੰਟਰੋਲ ਕਰਦਾ ਇੱਕ ਬ੍ਰੇਨ ਨੂੰ ਕੰਟਰੋਲ ਕਰਦਾ ਇਹੀ ਪੰਜ ਵਾਈਟਲ ਆਰਗਨ ਨੇ ਥਾਇਰয়েড ਗ੍ਰੈਂਡ ਖਰਾਬ ਹੋ ਗਿਆ ਤਾਂ ਤੁਸੀਂ ਖਰਾਬ ਹੋ ਗਏ ਬਹੁਤ ਸਾਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਮोटापा ਆ ਜਾਂਦਾ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਂਦਾ ਬ੍ਰੇਨ ਤੋਂ ਸਟ्रेस ਆਉਂਦਾ ਕੋਲੇਸਟ੍ਰੋਲ ਵਧ ਜਾਂਦਾ ਹਾਰਟ ਅਟੈਕ ਹੁੰਦੇ ਨੇ ਕਿਡਨੀ ਵੀਕ ਹੁੰਦਾ ਹੈ ਗੋਡਿਆਂ 'ਚ ਦਰਦ ਹੁੰਦੀ ਹੁੰਦੀ ਹੈ ਵਜ੍ਹਾ ਤੋਂ ਲਿਵਰ ਵੀਕ ਹੁੰਦਾ ਹੈ ਆਇਰਨ ਕੱਟ ਜਾਂਦਾ ਹੈ ਬੜੀਆਂ ਸਾਰੀਆਂ ਕੰਪਲਿਕੀਸ਼ਨਸ ਹੋ ਜਾਂਦੀਆਂ ਹਨ ਅਗਰ ਤੁਹਾਡਾ ਥਾਇਰয়েড ਡਿਸਟਰਬ ਹੈ ਤੇ ਥਾਇਰয়েড ਨੂੰ ਥਾਇਰয়েড ਦੀ ਡਿਜ਼ੀਜ਼ ਤੋਂ ਬਚਣ ਲਈ ਸਭ ਤੋਂ ਅੱਛੀ ਚੀਜ਼ ਦੁਨੀਆ 'ਚ ਵਿਟਾਮਿਨ E ਹੈ ਵਿਟਾਮਿਨ E ਤੁਹਾਡਾ ਅਗਰ ਪੂਰਾ ਰਹੇ ਕਹੋ ਠਹਿਰਾਇਰ ਨਹੀਂ ਹੁੰਦਾ ਅਗਰ ਵਿਟਾਮਿਨ E ਪੂਰਾ ਰਹੇ ਜਿਹੜਾ ਇਹਦੇ ਚ ਕੁਆਰ ਗੰਦਲ ਦੇ ਜੂਸ ਚ ਤੁਹਾਨੂੰ ਦੱਸਿਆ ਅਗਰ ਤੁਹਾਡੇ ਵਾਲ ਨਹੀਂ ਡਿੱਗਦੇ ਅਗਰ ਵਿਟਾਮਿਨ E ਪੂਰਾ ਰਹੇ ਤੁਹਾਡੀ ਸਕਿਨ ਬੜੀ ਖੂਬਸੂਰਤ ਰਹਿੰਦੀ ਹੈ ਬਹੁਤ ਹੋਰ ਫਾਇਦੇ ਹੁੰਦੇ ਨੇ ਡਾਈਜੈਸਟਿਵ ਸਿਸਟਮ ਵੀ ਅੱਛਾ ਹੋ ਜਾਂਦਾ ਜਦੋਂ ਤੁਸੀਂ ਇਹ ਚੀਜ਼ਾਂ ਆਪਣੀ ਜ਼ਿੰਦਗੀ ਚ ਐਡ ਅਪ ਕਰ ਲੋਗੇ ਇੱਕ ਇੱਕ ਕਰਕੇ ਤੁਸੀਂ ਦੇਖਣਾ ਤੁਹਾਡੀ ਜ਼ਿੰਦਗੀ ਚ ਕਿੰਨੇ ਬੈਟਰ ਚੀਜ਼ਾਂ ਪੈਦਾ ਹੁੰਦੀਆਂ ਨੇ ਦੋ ਚੀਜ਼ਾਂ ਹੋਗੀਆਂ ਸਵੇਰ-ਸਵੇਰ ਇੱਕ ਗਲਾਸ ਪਾਣੀ ਵਿਟਾਮਿਨ E ਜਾਂ ਜਿਨੂੰ ਅਸੀਂ ਕਹਿੰਦੇ ਕਵਾਰ ਗੰਦਲ ਉਹਦਾ ਇੱਕ ਚਮਚ ਜूस ਪਾ ਕੇ ਉੱਠਦੇ ਆ ਪੀ ਲੈਣਾ ਔਰ ਉਸ ਤੋਂ ਬਾਅਦ ਪੂਰੇ ਦਿਨ ਚ ਸ਼ਾਮ ਤੱਕ ਇਹ ਦੂਸਰੀ ਤੀਸਰੀ ਟਿਪ ਹੈ ਸ਼ਾਮ ਤੱਕ ਤੁਸੀਂ ਕਮਸ ਕਮ 8 ਗਲਾਸ ਪਾਣੀ ਜ਼ਰੂਰ ਪੀ ਲੈਣਾ ਯਾਨੀ 3.5 ਲੀਟਰ ਪਾਣੀ ਜ਼ਰੂਰ ਤੁਹਾਡੀ ਬਾਡੀ ਦੇ ਅੰਦਰ ਜਾਏ ਤੁਸੀਂ ਸੌਣ ਤੋਂ 1 ਘੰਟਾ ਪਹਿਲੇ ਪਾਣੀ ਪੀਣਾ ਛੱਡ ਦਿਓ ਅਗਰ ਪਿਆਸ ਲੱਗੇ ਤੇ ਜਸਟ ਇੱਕ ਘੁੱਟ ਪਰਨੀ ਹੈ ਛੋਟੀ ਵੱਡੀ ਘੁੱਟ ਨਹੀਂ ਪਰਨੀ ਔਰ ਜਿਸਮ ਨੂੰ ਖਾਲੀ ਕਰਕੇ ਸੌਣਾ ਸੌਣ ਤੋਂ 1 ਘੰਟਾ ਪਹਿਲੇ ਤੱਕ ਤੁਸੀਂ ਆਪਣੇ 8 ਗਲਾਸ ਕਮਸ ਕਮ ਪਾਣੀ ਪੀ ਲੈਣਾ ਹੈ ਮੈਕਸਿਮਮ ਤੁਸੀਂ 12 13 14 ਤੱਕ ਜਾਣਾ ਇਸ ਤੋਂ ਉੱਤੇ ਨਹੀਂ ਜਾਣਾ ਔਰ ਮਿਨੀਮਮ ਤੁਸੀਂ 8 ਗਲਾਸ ਤੱਕ ਰਹਿਣਾ ਹੈ 8 ਗਲਾਸ ਪਾਣੀ ਜਿਹੜਾ ਬੰਦਾ ਪੀਂਦਾ ਰਹੇ ਐਵਰੀ ਡੇ ਫਿਰ ਮੈਂ ਦੁਬਾਰਾ ਦੱਸ ਰਿਹਾ ਤੁਹਾਨੂੰ ਕਿ ਉਬਲੇ ਹੋਇਆ ਪਾਣੀ ਨਹੀਂ ਪੀਣਾ ਨਾ ਵਾਰਮ ਵਾਟਰ ਪੀਣਾ ਨਾਰਮਲ ਪਾਣੀ ਪੀਣਾ ਜਿਹੜਾ ਸ਼ਖਸ 8 ਗਲਾਸ ਪਾਣੀ ਰੋਜ਼ ਪਿੰਦਾ ਰਹੇ ਉਹਦੇ ਕਿਡਨੀ ਖਰਾਬ ਨਹੀਂ ਹੁੰਦੇ ਉਹਦੀਆਂ ਹੱਡੀਆਂ ਖਰਾਬ ਨਹੀਂ ਹੁੰਦੀਆਂ ਉਹਨੂੰ ਆਰਥਰਾਇਟਸ ਨਹੀਂ ਹੁੰਦਾ ਉਹਨੂੰ ਯੂਰਿਕ ਐਸਿਡ ਨਹੀਂ ਹੁੰਦਾ ਉਹਦੀ ਨਜ਼ਰ ਨਹੀਂ ਵੀਕ ਹੁੰਦੀ ਉਹਦੇ ਵਾਲ ਨਹੀਂ ਡਿੱਗਦੇ ਉਹਨੂੰ ਗੋਟਣਿਆਂ 'ਚ ਗੋਡਿਆਂ 'ਚ ਦਰਦ ਨਹੀਂ ਹੁੰਦਾ ਉਹਦੇ ਪੈਰ ਨਹੀਂ ਸੁੱਜਦੇ ਉਹਦੇ ਜਿਸਮ 'ਚ ਕਿਤੇ ਇਨਫੈਕਸ਼ਨ ਨਹੀਂ ਹੁੰਦੀ ਪਾਣੀ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਹੈ ਉਡੀ ਸਕਿਨ ਡਰਾਈ ਨਹੀਂ ਹੁੰਦੀ ਉਹਨੂੰ ਸਟ੍ਰੈਸ ਨਹੀਂ ਹੁੰਦਾ ਉਹਨੂੰ ਬਾਈਪੋਲਰ ਨਹੀਂ ਹੁੰਦਾ ਉਹਨੂੰ ਟੈਨਸ਼ਨ ਨਹੀਂ ਹੁੰਦੀ ਉਹਨੂੰ ਡਿਪਰੈਸ਼ਨ ਨਹੀਂ ਹੁੰਦਾ ਉਹਨੂੰ ਹਾਰਟ ਅਟੈਕ ਨਹੀਂ ਹੁੰਦਾ ਉਹਦਾ ਕੋਲੇਸਟ੍ਰੋਲ ਨਹੀਂ ਵੱਧਦਾ ਅਗਰ ਤੁਸੀਂ ਪਾਣੀ ਪੂਰਾ ਪੀਂਦੇ ਰਵੋ ਤੇ ਇਸ ਤੋਂ ਪਿੱਛੇ ਜਿਹੜੀਆਂ ਮੈਂ ਟਿਪਸ ਦੱਸੀਆਂ ਇਹ ਕਰਦੇ ਰਵੋ ਇਹ ਕੋਈ ਮਰਜ਼ੀ ਨਹੀਂ ਤੁਹਾਨੂੰ ਲੱਗੇਗੀ ਤਿੰਨ ਟਿਪਸ ਹੋ ਗਈਆਂ ਚੌਥੀ ਟਿਪ ਜਿਹੜੀ ਤੁਹਾਨੂੰ ਅੱਜ ਮੈਂ ਦੇਣ ਲੱਗਾ ਉਹ ਹੈ ਵੇ ਲਸਨ ਦੇ ਬਾਰੇ ਚ ਲਸਨ ਲਸਨ ਜਿਹਨੂੰ ਆਪਾਂ ਕਹਿੰਨੇ ਉਹਨੂੰ ਤੁਸੀਂ ਛਿਲ ਕੇ ਇੱਕ ਦਾਣੇ ਨੂੰ ਇੱਕ ਕਲੋਵ ਉਹਦਾ ਉਹਨੂੰ ਚਲਕੇ ਉਹਨੂੰ ਬਾਰੀਕ ਕ੍ਰਸ਼ ਕਰ ਲਓ ਉਹਨੂੰ ਇੰਨਾ ਬਾਰੀਕ ਕ੍ਰਸ਼ ਕਰ ਲਓ ਕਿ ਉਹ ਛੋਟੇ 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 ਪੀਸੇਸ ਬਣ ਜਾਈਏ ਜਦੋਂ ਤੁਸੀਂ ਦੁਪਹਿਰ ਦਾ ਖਾਣਾ ਖਾਓ ਇਹ ਰਾਤ ਦੇ ਖਾਣੇ ਨਾਲ ਨਹੀਂ ਲੈਣਾ ਜਦੋਂ ਤੁਸੀਂ ਦੁਪਹਿਰ ਦਾ ਜਾਂ ਸ਼ਾਮ ਦਾ ਖਾਣਾ ਰਾਤ ਨੂੰ ਲੇਟ ਨਹੀਂ ਲੈਣਾ ਇਹ ਐਸਿਡਿਟੀ ਕਰੇਗਾ ਜਦੋਂ ਤੁਸੀਂ ਸ਼ਾਮ ਦਾ ਖਾਣਾ ਖਾਓ ਜਾਂ ਦੁਪਹਿਰ ਦਾ ਉਹਦੇ ਉੱਪਰ ਪੋਰ ਕਰ ਲਓ ਆਪਣੀ ਪਲੇਟ ਦੇ ਉੱਪਰ ਜਿਹੜੀ ਵੀ ਪਲੇਟ ਹੈ ਤੁਹਾਡੀ ਸਬਜ਼ੀ ਹੈ ਤੁਹਾਡੀ ਦਾਲ ਹੈ ਜਾਂ ਤੁਸੀਂ ਮੀਟ ਲਵਰ ਹੋ ਜੋ ਵੀ ਪਲੇਟ ਹੈ ਜਿੰਨੇ ਤੁਸੀਂ ਖਾਣੀ ਹੈ ਉਹਨਾਂ ਪਾਓ ਔਰ ਉਹਦੇ ਉੱਪਰ ਉਹਦੇ ਬਰੀਕ-ਬਰੀਕ ਦਾਣੇ ਪੋਰ ਕਰ ਲਓ ਜਦੋਂ ਤੁਸੀਂ ਰੋਟੀ ਨਾਲ ਜਾਂ ਚਾਵਲ ਨਾਲ ਲਗਾ ਕੇ ਖਾਓਗੇ ਤੁਹਾਨੂੰ ਉਹਦਾ ਪਤਾ ਵੀ ਨਹੀਂ ਲੱਗੇਗਾ ਕਿਉਂਕਿ ਇਹਨਾਂ ਛੋਟਾ ਦਾਣਾ ਹੋਏਗਾ ਇੱਕ ਕਲੋਵ ਰੋਜ਼ ਹਨਾ ਜ਼ਿੰਦਗੀ ਚ ਖਾਂਦੀ ਆਦਤ ਬਣਾ ਲਓ ਤੁਹਾਡੇ ਬਹੁਤ ਸਾਰੇ ਹੋਰ ਮਸਲੇ ਹੱਲ ਹੋ ਜਾਣਗੇ ਚਾਰ ਹੋ ਗਈਆਂ ਪੰਜਵੀਂ ਟਿਪ ਅਦਰਕ ਅਦਰਕ ਦਾ ਜਿੰਜਰ ਜਿਨੋਸੀ ਕਹਿੰਦੇ ਇਹਦਾ ਇਸਤੇਮਾਲ ਜ਼ਿੰਦਗੀ ਚ ਲਿਆਓ ਅਦਰਕ ਅਦਰਕ ਜਿਹੜਾ ਬੰਦਾ ਐਵਰੀ ਡੇ ਖਾਂਦਾ ਹੈ ਉਹਨੂੰ ਵੀ ਇਸੇ ਤਰ੍ਹਾਂ ਕ੍ਰਸ਼ ਕਰਕੇ ਤੇ ਉਹਦਾ ਤੁਸੀਂ ਗ੍ਰੀਨ ਟੀ ਬਣਾ ਲਓ ਜਾਂ ਉਹਨੂੰ ਕ੍ਰਸ਼ ਕਰਕੇ ਆਪਣੀ ਕਿਸੇ ਚੀਜ਼ ਚ ਪਾ ਲਓ ਜਿਵੇਂ ਤੁਹਾਡਾ ਦਿਲ ਕਰਦਾ ਡਾਇਰੈਕਟ ਨਹੀਂ ਖਾਣਾ ਔਰ ਖਾਲੀ ਪੇਟ ਨਹੀਂ ਖਾਣਾ ਹੈ ਨਾ ਦੋਨਾਂ ਚੀਜ਼ਾਂ ਨੂੰ ਅਦਰਕ ਨੂੰ ਵੀ ਤੇ ਲਸਣ ਨੂੰ ਵੀ ਖਾਲੀ ਪੇਟ ਕਦੀ ਨਹੀਂ ਲੈਣਾ ਬ੍ਰੈਕਫਾਸਟ ਤੋਂ ਪਹਿਲੇ ਕਦੀ ਨਹੀਂ ਲੈਣਾ ਇਹਦੀ ਗ੍ਰੀਨ ਟੀ ਬਣਾਓ ਇਹਦੇ ਵਿੱਚ ਇੱਕ ਲੌਂਗ ਪਾ ਲਓ ਉਸ ਗ੍ਰੀਨ ਟੀ 'ਚ ਇੱਕ ਕਾਲੀ ਮਿਰਚ ਪਾ ਲਓ ਉਸੇ ਗ੍ਰੀਨ ਟੀ 'ਚ ਇਹ ਅਦਰਕ ਪਾ ਲਓ ਛੋਟਾ ਜਿਹਾ ਟੁਕੜਾਦਾਰ ਚੀਨੀ ਪਾ ਲਓ ਇੱਕ ਛੋਟੀ ਇਲਾਇਚੀ ਪਾ ਲਓ ਇੱਕ ਵੱਡੀ ਇਲਾਇਚੀ ਪਾ ਲਓ ਇੱਕ ਛੁਟਕੀ ਸੌਂਫ ਦੀ ਪਾ ਲਓ ਇੱਕ ਛੁਟਕੀ ਅਜਵੈਨ ਦੀ ਪਾ ਲਓ ਇੱਕ ਛੁਟਕੀ ਕਲੌਂਜੀ ਦੀ ਪਾ ਲਓ ਇੱਕ ਛੁਟਕੀ ਮੇਥੀ ਦਾਣੇ ਦੀ ਪਾ ਲਓ ਇਹਦਾ ਇੱਕ ਕੱਪ ਗ੍ਰੀਨ ਟੀ ਦਾ ਬਣਾਓ ਰੋਜ਼ਾਨਾ ਜਦੋਂ ਤੁਸੀਂ ਘਰ ਸ਼ਾਮ ਨੂੰ ਖਾਣਾ ਖਾ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਇਹਦਾ ਇੱਕ ਕੱਪ ਬਣਾਓ ਜਦੋਂ ਤੁਸੀਂ ਇਹਦਾ ਇੱਕ ਕੱਪ ਬਣਾਓਗੇ ਔਰੇ ਨੂੰ ਪੀਓਗੇ ਇਹ ਚੀਜ਼ਾਂ ਖਾਣ ਦੀ ਜ਼ਰੂਰਤ ਨਹੀਂ ਇਹਨੂੰ ਛਾਨ ਕੇ ਜਸਟ ਇੱਕ ਕੱਪ ਬਣਾ ਲਓ ਇਹਦੇ ਚ ਤੁਸੀਂ ਸ਼ੱਕਰ ਯੂਜ਼ ਕਰ ਸਕਦੇ ਹੋ ਗੁੜ ਨਹੀਂ ਇਹਦੇ ਚ ਇਸਤੇਮਾਲ ਕਰਨਾ ਨਾ ਸ਼ਹਿਦ ਪਾਣਾ ਸ਼ੱਕਰ ਇਸ ਬੈਸਟ ਫਾਰ ਦਿਸ ਤੁਸੀਂ ਇਹਦਾ ਇੱਕ ਕੱਪ ਰਾਤ ਨੂੰ ਪੀਓ ਇਹ ਜਿੰਨਾ ਸ਼ੋਰ ਹੈ ਕੋਵਿਡ ਦਾ ਇਨਫਲੇਮੇਸ਼ਨ ਦਾ ਇਨਫੈਕਸ਼ਨਸ ਦਾ ਸੀਨਾ ਜਮ ਜਾਂਦਾ ਲੰਗਸ ਜਮ ਜਾਂਦਾ ਖਾਂਸੀ ਆਂਦਾ ਕੋਲੇਸਟ੍ਰੋਲ ਵਧ ਜਾਂਦਾ ਸਾਹ ਦਾ ਪ੍ਰੋਬਲਮ ਇਸ ਸਾਰੇ ਦੇ ਸਾਰੇ ਖਤਮ ਹੋਦੇ ਆ ਇਹ ਬੁਖਾਰ ਦੀ ਵੀ ਦਵਾਈ ਹੈ ਇਹ ਜਿੰਨੀਆਂ ਚੀਜ਼ਾਂ ਤੁਹਾਨੂੰ ਦੱਸਿਆ ਇਹ ਉਹਦੇ ਚ ਪਾ ਕੇ ਤੇ ਤੁਸੀਂ ਪੀਓ ਇਹ ਆਰਥਰਾਇਟਸ ਦੀ ਵੀ ਦਵਾਈ ਹੈ ਅਗਰ ਇਹਦੇ ਚ ਤੁਸੀਂ ਅੱਧਾ ਚਮਚ ਹਲਦੀ ਵੀ ਪਾ ਲਓ ਤੇ ਇਹ ਤੁਹਾਡੀ ਬਹੁਤ بڑا ਐਂਟੀਆਕਸੀਡੈਂਟ ਬਣ ਗਿਆ ਇਹ ਇੱਕ ਕਾਪੀਆ ਇੱਕ ਗਲਾਸ ਤੁਸੀਂ ਅਗਰ ਖਾਣਾ ਖਾ ਕੇ ਰਾਤ ਨੂੰ ਪੀ ਲਿਆ ਤੇ ਇਹ ਜ਼ਿੰਦਗੀ ਚ ਬਹੁਤ ਅੱਛੀ ਐਡੀਸ਼ਨ ਹੋਏਗੀ ਪੰਜ ਹੋ ਗਈਆਂ ਛੱਟੀ ਟਿਪ ਇੱਕ ਚਟਨੀ ਬਣਾਓ ਘਰ ਚ ਜਿਹਦੇ ਚ ਪੁਦੀਨਾ ਇਤਨਾ ਸਾਰਾ ਇੱਕ ਗੁੱਟੀ ਪੁਦੀਨੇ ਦੀ ਲੈ ਲਓ ਇੱਕ ਗੁੱਟੀ ਦਨੀਆ ਦੀ ਲੈ ਲਓ ਇੰਨਾ ਲਸਣ ਪਾਓ ਇੰਨਾ ਕੜੇਜ ਅਦਰਕ ਪਾਓ ਅਦਰਕ ਥੋੜਾ ਰੱਖਣਾ ਲਸਣ ਜ਼ਿਆਦਾ ਰੱਖਣਾ ਥੋੜੀ ਜਿਹੀ ਉਹਦੇ ਚ ਕਾਲਾ ਨਮਕ ਪਾਓ ਅੱਧਾ ਚਮਚ ਔਰ ਉਹਨੂੰ ਗ੍ਰाइंड ਕਰ ਲਓ ਤੁਸੀਂ ਆਪਣੇ ਜੱਗ ਦੇ ਵਿੱਚ ਜਿਹੜਾ ਪੁਦੀਨਾ ਹੈ ਉਹ ਤੇ ਸਾਰਿਆਂ ਨੂੰ ਪਤਾ ਇੱਕ ਹੀ ਤਰ੍ਹਾਂ ਦਾ ਹੁੰਦਾ ਹੈ ਤੇ ਜਿਹੜਾ ਦਨੀਆ ਉਹ ਪਾਰਸਲੇ ਵੀ ਹੁੰਦਾ ਉਹ ਦੂਸਰੇ ਵਾਲਾ ਦਨੀਆ ਵੀ ਹੁੰਦਾ ਔਰ ਜੋ ਜਿਹੜਾ ਮਰਜ਼ੀ ਲੈ ਲਓ ਦੋਨੋਂ ਹੀ ਠੀਕ ਹੈ ਇੱਕ ਇੱਕ ਗੁੱਟੀ ਇਹਨਾਂ ਦੋਵਾਂ ਦੀ ਲੈ ਕੇ ਇਹਨੂੰ ਜਗ ਵਿੱਚ ਸੁੱਟ ਕੇ ਇਹਨੂੰ ਗ੍ਰाइंड ਕਰ ਲਓ ਇਹ ਜਦੋਂ ਗ੍ਰाइंड ਹੋ ਗਿਆ ਇਹਦੀ ਚਟਨੀ ਬਣ ਗਈ ਇਹਨੂੰ ਲੈ ਕੇ ਆਪਣੇ ਕੋਲ ਰੱਖ ਲਓ ਔਰ ਜਿਹੜਾ ਵੀ ਖਾਣਾ ਖਾਓ ਇੱਕ ਚਮਚੇ ਦਾ ਕੋਲ ਨਾਲ ਰੱਖ ਲਿਆ ਉਸ ਖਾਣੇ ਦੇ ਹਲਕਾ ਹਲਕਾ ਲਗਾ ਕੇ ਖਾਦਾ ਇਹ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਅਪ ਟੂ ਡੇਟ ਕਰ ਦੇਗਾ ਜਿੰਨਾ ਵੀ ਪ੍ਰੋਬਲਮ ਆ ਤੁਹਾਨੂੰ ਖਾਣਾ ਖਾਣ ਚ ਡਾਈਜੈਸਟ ਹੋਣ ਚ ਜਾਂ ਉਹ ਡਕਾਰ ਆਉਂਦੇ ਨੇ ਜਾਂ ਗੈਸ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਖਾਣਾ ਪਿਆਰ ਰਹਿੰਦਾ ਹਜ਼ਮ ਨਹੀਂ ਹੁੰਦਾ ਜਾਂ ਤੁਹਾਡੇ ਛੋਟੀ ਆਂਤ ਚ ਜਾਂ ਵੱਡੀ ਆਂਤ ਚ ਸਮਾਲ ਇੰਟਸਟਾਈਨ ਜਾਂ ਲਾਰਜ ਇੰਟਸਟਾਈਨ ਚ ਕੋਈ ਪ੍ਰੋਬਲਮ ਹੈ ਇਹ ਉਹਨਾਂ ਸਾਰਿਆਂ ਮਰਜ਼ਾਂ ਦਾ ਇਲਾਜ ਹੈ ਇਹਨੂੰ ਆਪਣੀ ਜ਼ਿੰਦਗੀ ਚ ਐਡ ਅਪ ਕਰ ਲਓ ਤੇ ਤੁਹਾਨੂੰ ਇਹ ਹੋਰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਡਾਈਜੈਸਟਿਵ ਸਿਸਟਮ ਦੀ ਇਹ 6ਵੀਂ ਟਿਪ ਹੋ ਗਈ 7ਵੀਂ ਟਿਪ ਤੁਸੀਂ ਆਪਣੇ ਬ੍ਰੇਨ ਨੂੰ ਕੰਟਰੋਲ ਰੱਖਣਾ ਹੈ ਬ੍ਰੇਨ ਨੂੰ ਕੰਟਰੋਲ ਰੱਖਣ ਦਾ ਤਰੀਕਾ ਪਹਿਲੇ ਤੇ ਇਹ ਛੇ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹਨਾਂ ਦਾ ਡਾਇਰੈਕਟ ਲਿੰਕ ਹੈ ਬ੍ਰੇਨ ਨਾਲ ਇੱਕ ਤੁਹਾਨੂੰ ਹੋਮੀਓਪੈਥਿਕ ਦੀ ਦਵਾਈ ਦੱਸਦਾ ਜਿਹੜੀ ਬ੍ਰੇਨ ਨੂੰ ਕੰਟਰੋਲ ਰੱਖਦੀ ਹੈ ਉਸ ਦਵਾਈ ਦਾ ਨਾਮ ਹੈ ਇਗਨੇਸ਼ੀਆ I G N A T I A 1 M ਇਗਨੇਸ਼ੀਆ 1 M ਲੈ ਕੇ ਆਪਣੇ ਘਰ ਰੱਖ ਲਓ ਹੋ ਸਕੇ ਤੇ ਫਰਾਂਸ ਜਾਂ ਜਰਮਨੀ ਦੀ ਲੈਣਾ ਉਹਦੇ 3-4 ਡਰਾਪਸ ਸੋਬਾਤ ਸੋਬਾ ਰੋਜ਼ਾਨਾ ਲੈ ਲਿਆ ਕਰੋ ਨਾਸ਼ਤੇ ਤੋਂ ਕੋਈ 10-20 ਮਿੰਟ ਪਹਿਲੇ ਉਹ ਜਿਹੜਾ ਪਾਣੀ ਮੈਂ ਤੁਹਾਨੂੰ ਦੱਸਿਆ ਉਸ ਤੋਂ ਕੋਈ ਥੋੜੀ देर ਬਾਅਦ ਉਹਦੇ 3-4 ਡ੍ਰੌਪ ਲੈ ਲੇ ਰੋਜ਼ਾਨਾ ਔਰ 15 ਦਿਨ ਬਾਅਦ ਹਫਤੇ 'ਚ ਇੱਕ ਵਾਰੀ ਕਰ ਦੇਣਾ ਉਹਨੂੰ ਜਾਂ ਹਫਤੇ 'ਚ ਦੋ ਵਾਰੀ ਤੁਸੀਂ ਦੇਖਣਾ ਤੁਸੀਂ ਬਗੈਰ وجہ ਤੋਂ ਤੁਹਾਡੇ ਮਸਲਜ਼ ਰਿਲੈਕਸ ਰਹਿਣ ਲੱਗ ਗਏ ਨੇ ਇਹ ਗਰਦਨ ਦੇ ਮਸਲਜ਼ ਇਹ ਬ੍ਰੇਨ ਦੇ ਮਸਲਜ਼ ਜਿਹੜੇ ਉੱਪਰ ਜਾਂਦੇ ਨੇ ਹਾਰਟ ਦੇ ਮਸਲਜ਼ ਜਿਹੜੇ ਤੁਹਾਨੂੰ ਸਟ੍ਰੈਸ ਦਿੰਦੇ ਨੇ ਡਿਪਰੈਸ਼ਨ ਦਿੰਦੇ ਨੇ ਉਹ ਮਸਲਸੇ ਨੇ ਰਿਲੈਕਸ ਹੋ ਜਾਣਗੇ ਕਿ ਤੁਸੀਂ ਕਹੋਗੇ ਮੇਰੇ ਤੋਂ ਜ਼ਿਆਦਾ ਤੇ ਹੈਪੀ ਬੰਦਾ ਹੀ ਕੋਈ ਨਹੀਂ ਦੁਨੀਆ 'ਚ ਹਰ ਤੀਸਰਾ ਚੌਥਾ ਬੰਦਾ ਜਿਹੜਾ ਮੇਰੇ ਕੋਲੇ ਕਲੀਨਿਕ ਤੇ ਆਂਦਾ ਉਹਨੂੰ ਜਾਂ ਬਾਈਪੋਲਰ ਹੈ ਜਾਂ ਉਹ 스트ੈਸ ਹੈ ਜਾਂ ਉਹ ਡਿਪਰੈਸ਼ਨ ਹੈ ਜਾਂ ਉਹ ਐਂਗਜ਼ਾਇਟੀ ਹੈ ਜਾਂ ਉਹ ਸ਼ੂਗਰ ਹੈ ਸ਼ੂਗਰ ਤੇ ਖੈਰ ਉਸ ਤੋਂ ਵੀ ਜ਼ਿਆਦਾ ਲੋਕਾਂ ਨੂੰ ਹੈ ਔਰ ਸ਼ੂਗਰ 'ਚ 65% ਸ਼ੇਅਰ ਤੁਹਾਡੇ ਡਿਪਰੈਸ਼ਨ ਦਾ ਤੁਹਾਡੇ 스트ੈਸ ਦਾ ਤੁਹਾਡੀ ਐਂਗਜ਼ਾਇਟੀ ਦਾ ਤੇ ਜਦੋਂ ਤੁਸੀਂ ਇਸ ਐਂਗਜ਼ਾਇਟੀ ਨੂੰ ਕਵਰ ਕਰ ਲਓਗੇ ਇਸ ਦਵਾਈ ਨਾਲ ਤੇ ਆਹ ਬਾਕੀ 6 ਟਿਪਸ ਜਿਹੜੀਆਂ ਪਹਿਲੇ ਦਸੀਆਂ ਕੀ ਸਤਵੀਂ ਟਿਪ ਦਵਾਈ ਹੈ ਤੇ ਇਹਦੇ ਨਾਲ ਤੁਹਾਨੂੰ ਨਾ ਤੇ ਸ਼ੁਗਰ ਆਏਗੀ ਨਾ ਤੁਹਾਨੂੰ ਸਟ्रेस ਆਏਗਾ ਨਾ ਤੁਸੀਂ ਲੋਕਾਂ ਨਾਲ ਲੜੋਗੇ ਨਾ ਤੁਸੀਂ ਖਾਮ ਖਾ ਗੁੱਸਾ ਕਰੋਗੇ ਹੱਸਦੇ ਰਹੋਗੇ ਸਮ ਟਾਈਮ ਬੰਦਾ ਨਹੀਂ ਵੀ ਹੱਸਦਾ ਤੇ ਉਹਦਾ ਚਿਹਰਾ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਇਹ ਹੁਣੇ ਕਿਸੇ ਨਾਲ ਲੜ ਕੇ ਆਇਆ ਹੁਣੇ ਇਹ ਲੜ ਪੇਗਾ ਸਾਡੇ ਨਾਲ ਤੇ ਇਸ ਤਰ੍ਹਾਂ ਦਾ ਚਿਹਰਾ ਤੁਹਾਡਾ ਕਦੀ ਨਹੀਂ ਹੋਏਗਾ ਅਗਰ ਤੁਸੀਂ ਇਸ ਇੱਕ ਦਵਾਈ ਨੂੰ ਐਡਾਪਟ ਕਰ ਲਓ ਅੱਠਵੀਂ ਟਿਪ ਅੱਠਵੀਂ ਟਿਪ ਹੈ ਤੁਹਾਡੇ ਕਿਡਨੀ ਵਾਸਤੇ ਅਗਰ ਤੁਹਾਡੇ ਕਿਡਨੀ ਵਾਸ਼ ਰਹੇਨ ਕਿਡਨੀ ਸਾਫ਼ ਰਹਿਣ ਜਿਹੜੀਆਂ ਪਹਿਲੇ ਮੈਂ ਤੁਹਾਨੂੰ ਪਾਣੀ ਪੀਣ ਦੀ ਆਦਤ ਦੱਸੀ ਹੈ 8 ਗਲਾਸ ਉਹਦਾ ਇੱਕ ਫਾਇਦਾ ਕਿਡਨੀ ਨੂੰ ਵੀ ਹੁੰਦਾ ਹੈ ਕਿ ਕਿਡਨੀ ਵਾਸ਼ ਰਹਿੰਦਾ ਤੇ ਕਿਡਨੀ ਦੀ ਦਵਾਈ ਪਾਣੀ ਹੈ ਅਗਰ ਤੁਹਾਡੇ ਕਿਡਨੀ ਵਾਸ਼ ਰਹਿੰਦੇ ਤੁਹਾਡ ਨੂੰ ਨਾ ਤੇ ਕਦੀ ਹੱਡੀਆਂ ਦਾ ਮਰਜ਼ ਹੁੰਦਾ ਨਾ ਤੁਹਾਨੂੰ ਗੋਡਿਆਂ ਦਾ ਮਰਜ਼ ਹੁੰਦਾ ਤੁਹਾਡੇ ਗੋਡਿਆਂ 'ਚ ਕਦੀ ਕੜਕੜਕ ਨਹੀਂ ਹੁੰਦੀ ਤੁਹਾਨੂੰ ਗੋਡਿਆਂ ਦੀਆਂ ਦਰਦਾ ਨਹੀਂ ਹੁੰਦੀ ਤੁਹਾਡੇ ਗੋਡਿਆਂ ਦਾ ਮਟੀਰੀਅਲ ਡਰਾਈ ਨਹੀਂ ਹੁੰਦਾ ਤੁਸੀਂ ਆਪਣੇ ਕਿਡਨੀ ਨੂੰ ਵਾਸ਼ ਰੱਖਣਾ ਇੱਕ ਤੇ ਪਾਣੀ ਨਾਲ ਦੂਸਰੀ ਇੱਕ ਤੋਂ ਉਹ ਦੀ ਵੀ ਦਵਾਈ ਦੱਸਦਾ ਜਿਹੜੀ ਤੁਸੀਂ ਇਹ ਪਹਿਲੀ ਦਵਾਈ ਦੱਸੀਏ ਉਹਦੇ ਨਾਲ ਹੀ ਤੁਸੀਂ ਇਹਦੇ ਵੀ ਤਿੰਨ ਚਾਰ ਡ੍ਰੌਪ ਉਸੇ ਪਾਣੀ ਚ ਪਾ ਕੇ ਲੈ ਸਕਦੇ ਹੋ ਔਰ ਉਹ ਦਵਾਈ ਹੈ ਬਰਬੇਰਸ ਵਲਗੈਰਸ 1 ਐਮ ਮੈਂ ਫੇਰ ਰਿਪੀਟ ਕਰਦਾ ਬਰਬੇਰਸ ਵਲਗੈਰਸ 1 ਐਮ ਉਹਦੇ ਤਿੰਨ ਚਾਰ ਡ੍ਰੌਪ ਤੇ ਇਗਨੇਸ਼ੀਆ ਦੇ ਤਿੰਨ ਚਾਰ ਡ੍ਰੌਪ ਤੁਸੀਂ ਇਕੱਠੇ ਵੀ ਲੈ ਸਕਦੇ ਹੋ ਤੇ ਅੱਗੇ ਪਿੱਛੇ ਵੀ ਲੈ ਸਕਦੇ ਹੋ ਥੋੜਾ ਵਕਫਾ ਪਾ ਕੇ ਵੀ ਇੱਕੋ ਪਾਣੀ ਚ ਤਿੰਨ ਚਾਰ ਡ੍ਰੌਪ ਪਾ ਲੈ ਇਹ ਦੋਵੇਂ ਚੀਜ਼ਾਂ ਦੇ 10-15 ਦਿਨ ਲਗਾਤਾਰ ਪੀ ਲੋ ਫਿਰ ਐਵੇਂ ਵੀਕ ਚ ਦੋ ਵਾਰੀ ਕਰ ਦਿਓ ਜਾਂ ਵੀਕ ਚ ਇੱਕ ਵਾਰੀ ਕਰ ਦਿਓ ਇਹ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਜਾਏਗਾ ਇਸ ਅੱਠ ਟਿਪਸ ਨਾਲ ਮੇਰਾ ਖਿਆਲ ਹੈ ਕਿ ਤੁਹਾਡੀ ਲਾਈਫ ਪੁਰ ਸਕੂਨ ਹੋ ਜਾਏਗੀ ਕੁਝ ਲੋਕਾਂ ਨੂੰ ਨੀਂਦ ਦਾ ਵੀ ਇਸ਼ੂ ਹੁੰਦਾ ਹੈ ਨੀਂਦ ਦਾ ਪ੍ਰੋਬਲਮ ਹੁੰਦਾ ਹੈ ਉਹ ਨੀਂਦ ਵਾਸਤੇ ਵੀ ਇੱਕ ਤੁਹਾਨੂੰ ਬੜੀ ਅੱਛੀ ਟਿਪ ਦੇਣ ਲੱਗਾ ਉਹ ਨੌਵੀਂ ਟਿਪ ਹੈ ਕਿ ਜਦੋਂ ਤੁਸੀਂ ਦਿਨ گزار ਲਿਆ ਤੇ ਸੌਣਾ ਤੇ ਤੁਹਾਨੂੰ ਅੱਛੇ ਤਰੀਕੇ ਨਾਲ ਚਾਹੀਦਾ ਨਾ ਬੱਚਿਆਂ ਵਾਲੀ ਨੀਂਦ ਸੌਣਾ ਚਾਹੀਦਾ ਤਾਂ ਕਿ ਅਗਲਾ ਦਿਨ ਫੇਰ ਤੁਹਾਡਾ ਫਰੈਸ਼ ਹੋ ਕੇ ਪਹਿਲੇ ਲੈਵਲ ਤੋਂ ਜ਼ਿਆਦਾ ਬੈਟਰ ਗੁਜ਼ਰਨਾ ਸ਼ੁਰੂ ਹੋ ਜਾਏ ਔਰ ਐਂਡ ਤੱਕ ਤੁਸੀਂ ਹਸ਼ਿਆਸ਼ ਬਚਾਸ਼ ਰਹੋ ਤੁਸੀਂ ਫਰੈਸ਼ ਰਹੋ ਤੁਸੀਂ ਸਾਰੀ એનર્ਜੀ ਤੁਹਾਡੀ ਕਾਇਮ ਰਹੇ ਤੇ ਉਹ ਨੀਂਦ ਪੂਰੀ ਕਰਨਾ ਉਹਦੇ ਲਈ ਬਹੁਤ ਜ਼ਰੂਰੀ ਹੈ ਉਸ ਨੀਂਦ ਵਾਸਤੇ ਦੋ ਤਿੰਨ ਚੀਜ਼ਾਂ ਨੇ ਇੱਕ ਤੇ ਤੁਸੀਂ ਇਹ ਪਿਛਲੀਆਂ ਸੱਤ ਟਿਪਸ ਪੂਰੀਆਂ ਕੀਤੀਆਂ ਹੋ ਲਾਜ਼ਮੀ ਫਿਰ ਤੁਹਾਨੂੰ ਨੀਂਦ ਦਾ ਇਹ ਸ਼ ਵੈਸੇ ਹੀ ਨਹੀਂ ਹੋਣ ਲੱਗਾ ਜੇ ਇਸ ਦੇ ਬਾਵਜੂਦ ਵੀ ਹੋ ਜਾਏ ਫਿਰ ਤੁਸੀਂ ਕੀ ਕਰਨਾ ਹੈ ਕਿ ਅਨ ਰਿਫਾਈਨਡ 올ਿਵ ਆਇਲ ਲੈ ਲੈਣਾ ਕਿਹੜਾ 올ਿਵ ਆਇਲ ਅਨ ਰਿਫਾਈਨਡ ਲੋਕ ਬਹੁਤ ਦਫਾ ਮੈਨੂੰ ਕੁਐਸਚਨ ਕਰਦੇ ਆ ਕਿ ਕਿਹੜਾ 올ਿਵ ਆਇਲ ਲਈਏ ਤੁਸੀਂ ਅਨ ਰਿਫਾਈਨਡ 올ਿਵ ਆਇਲ ਲੈਣਾ ਕਿਸੇ ਵੀ ਅੱਛੇ ਮੁਲਕ ਦਾ ਸਪੇਨ ਦਾ ਚਿੱਲੀ ਦਾ ਬ੍ਰਾਜ਼ੀਲ ਦਾ ਇਟਲੀ ਦਾ ਕਿਸੇ ਵੀ ਮੁਲਕ ਦਾ ਜਿਹੜਾ ਮਸ਼ਹੂਰ ਹੋਏ ਔਰ ਜਿਹੜਾ ਸਭ ਤੋਂ ਅੱਛੀ ਪ੍ਰਾਈਸ ਚ ਹੋਏ ਮਹਿੰਗਾ ਰੋਏ ਇੱਕ ਵਾਰ ਤੇ ਸਸਤਾ ਰੋਏ ਬਾਰ-ਬਾਰ ਥੋੜਾ ਜਿਹਾ ਮਹਿੰਗਾ 올ਿਵ ਆਇਲ ਲੈ ਲੈਣਾ ਉਹਦਾ ਅੱਧਾ ਚਮਚ ਜਸਟ ਰਾਤ ਨੂੰ ਪੀ ਲਿਆ ਕਰੋ ਖਾਣਾ ਖਾ ਕੇ ਖਾਣਾ ਖਾਣ ਦੇ ਅਸਰ ਜਸਟ ਅੱਧਾ ਚਮਚ ਤੁਸੀਂ ਦੇਖਣਾ ਤੁਹਾਡੇ ਜਿਸਮ ਤੇ ਨਾ ਤੇ ਕਿਤੇ ਖੁਸ਼ਕੀ ਹੋਏਗੀ ਨਾ ਕਿਤੇ ਡਰਾਈਨੈਸ ਹੋਏਗੀ ਨਾ ਤੁਹਾਡੇ ਕਿਡਨੀ ਵੀਕ ਹੋਣਗੇ ਨਾ ਤੁਹਾਨੂੰ ਕੋਈ ਜ਼ਿੰਦਗੀ ਚ ਹੋਰ ਐਸਾ ਕਿਡਨੀ ਨਾਲ ਰਿਲੇਟਡ ਦਾ ਪ੍ਰੋਬਲਮ ਆਏਗਾ ਕਿਡਨੀ ਬਹੁਤ ਸਾਰੀਆਂ ਚੀਜ਼ਾਂ ਨਾਲ ਰਿਲੇਟਡ ਹੈ ਹੱਡੀਆਂ ਨਾਲ ਰਿਲੇਟਡ ਹੈ ਬਹੁਤ ਜ਼ਿਆਦਾ ਕਿਡਨੀ ਤੁਹਾਡੇ ਸਟਮਕ ਨਾਲ ਰਿਲੇਟਡ ਹੈ ਤੁਹਾਡੇ ਦੰਦ ਦਰਦ ਕਰਦੇ ਅਗਰ ਤੁਹਾਡੇ ਕਿਡਨੀ ਖਰਾਬ ਹੋ ਜੇ ਤਾਂ ਤੁਸੀਂ ਦੇਖੋ ਕਿੰਨੀ ਹੈਰਾਨ ਕਰਨ ਅੱਲਾਹ ਤਾਲਾ ਨੇ ਇਹ ਚੀਜ਼ ਬਣਾਈ ਹੈ ਕਿ ਕਿਡਨੀ ਤੁਹਾਡਾ ਵੀਕ ਹੋ ਜੇ ਤਾਂ ਤੁਹਾਡੇ ਗੋਡੇ ਦਰਦ ਕਰਦੇ ਨੇ ਤੁਹਾਡੇ ਦੰਦ ਦਰਦ ਕਰਦੇ ਨੇ ਤੁਹਾਡਾ ਡਾਈਜੈਸਟਿਵ ਸਿਸਟਮ ਵੀਕ ਹੋ ਜਾਂਦਾ ਤੁਹਾਡਾ ਕੋਲੇਸਟ੍ਰੋਲ ਵੱਧ ਜਾਂਦਾ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤੁਹਾਡੀਆਂ ਹੱਡੀਆਂ ਦੇ ਬਹੁਤ ਸਾਰੇ ਮਿਨਰਲਸ ਔਰ ਵਿਟਾਮਿਨਸ ਕੱਟ ਜਾਂਦੇ ਨੇ ਤੇ لہذا ਕਿਡਨੀ ਨੂੰ ਸਟਰੋਂਗ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਹਦਾ ਤਨੂਏ ਅੱਠਵੀਂ ਟਿਪ ਦੱਸ ਦਿੱਤੀ ਹੋਂਜਾ ਨੇ ਜਨ ਨੇ ਤੁਹਾਨੂੰ ਇੱਕ ਆਖਰੀ ਅੱਛੀ ਗੱਲ ਦੱਸ ਜਾਈਏ ਕਿ ਰੱਬ ਤੇ ਪਹੁੰਚਣ ਵਾਸਤੇ ਸਾਰਿਆਂ ਦੀ ਟਰਾਈ ਹੈ ਕਿ ਅਸੀਂ ਰੱਬ ਕੋਲੇ ਜਾਈਏ ਤੇ ਬੜੀ ਇੱਜ਼ਤ ਨਾਲ ਜਾਈਏ ਔਰ ਸੁਰਖਰੂ ਹੋ ਕੇ ਜਾਈਏ ਔਰ ਅੱਛੇ ਤਰੀਕੇ ਨਾਲ ਜਾਈਏ ਸਾਨੂੰ ਉੱਥੇ ਕੁੱਟ ਨਾ ਪਵੇ ਸਾਡੇ ਉੱਥੇ ਜਿਹੜੇ ਦੁਨੀਆਂ 'ਚ ਕੀਤੇ ਹੋਏ ਡੀਡਸ ਆ ਉਹ ਸਾਡੇ ਉੱਥੇ ਅੱਗੇ ਨਾ ਤੇ ਰੱਬ ਕੋਲੇ ਇੱਜ਼ਤ ਨਾਲ ਜਾਣ ਦਾ ਤੇ ਰੱਬ ਦੇ ਰਾਹ ਤੇ ਜਾਣ ਦਾ ਤੇ ਰੱਬ ਦੇ ਰਾਸਤੇ ਤੇ ਚੱਲਣ ਦਾ ਇੱਕ ਬੜਾ ਹੀ ਆਸਾਨ ਹੱਲ ਆ ਕਿ ਸਾਰੇ ਰਸਤੇ ਜਿਹੜੇ ਰੱਬ ਵੱਲ ਜਾਂਦੇ ਆ ਉਹ ਉਹਦੀ مخلوਕ ਦੇ ਉਹਦੇ ਬੰਦਿਆਂ ਦੇ ਦਿਲਾਂ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਆ ਜਿਹੜਾ ਬੰਦਾ مخلوਕ ਦੇ ਦਿਲਾਂ ਨੂੰ ਖੁਸ਼ ਰੱਖੇ مخلوਕ ਨੂੰ ਖੁਸ਼ ਰੱਖੇ ਉਹ ਸਿੱਧਾ ਹੀ ਰੱਬ ਦੇ ਰਸਤੇ ਤੇ ਆ ਉਹ ਭਾਵੇਂ ਕੁਝ ਹੋਰ ਨਾ ਕਰੇ ਉਹਦਾ ਇਹ ਇੱਕ ਕੰਮ ਹੀ ਏਡਾ ਗ੍ਰੇਟ ਹੈ ਰੱਬ ਨੂੰ ਜਿਹੜਾ ਪਸੰਦ ਆ ਜਿਹੜਾ ਉਹਦੇ ਬੰਦਿਆਂ ਨੂੰ ਖੁਸ਼ ਰੱਖੇ ਔਰ ਉਹਦੇ ਬੰਦਿਆਂ ਦੇ ਦਿਲ ਨੂੰ ਟੁੱਟਣ ਨਾ ਦਵੇ ਕਦੀ ਉਹ ਬੰਦਾ ਸਿੱਧਾ ਹੀ ਰੱਬ ਵਾਲਾ ਬੰਦਾ ਹੈ ਉਹ ਸਿੱਧੇ ਰਸਤੇ ਤੇ ਤੇ ਮੇਰਾ ਖਿਆਲ ਹੈ ਕਿ ਅੱਠ ਟਿਪਸ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਇਹ ਅੱਠ ਦੀਆਂ ਅੱਠ ਟਿਪਸ ਲਿਖ ਕੇ ਰੱਖ ਲਓ ਅਗਲੇ ਸ਼ੋਅ 'ਚ ਅਸੀਂ ਤੁਹਾਨੂੰ ਇਹ ਅੱਠ ਤੋਂ ਹੀ ਸ਼ੁਰੂ ਕਰਾਂਗੇ ਤੇ ਫਿਰ ਅੱਗੇ ਹੋਰ 7-8 ਟਿਪਸ ਦੱਸਾਂਗੇ ਤੁਹਾਡੀ ਜ਼ਿੰਦਗੀ ਦਾ ਫਾਇਦਾ ਹੋ ਜਾਏਗਾ ਕੋਈ ਲੱਖ 2 ਲੱਖ 4 ਲੱਖ ਲੋਕਾਂ 'ਚੋਂ ਅਗਰ ਇੱਕ ਬੰਦੇ ਨੇ ਵੀ ਇਹਦੇ ਨਾਲ ਆਪਣਾ ਫਾਇਦਾ ਕਰ ਲਿਆ ਤੇ ਉਹਦਾ ਫਾਇਦਾ ਉਹਨੂੰ ਵੀ ਹੋਏਗਾ ਤੇ ਉਹਦੀਆਂ ਦਿਲ ਦੀਆਂ ਜੜੀਆਂ ਦੁਆਵਾਂ ਨਿਕਲਣਗੀਆਂ ਉਹ ਭਾਵੇਂ ਮੈਨੂੰ ਦੁਆ ਨਾ ਦੇ ਉਹ ਮੇਰੇ ਤੱਕ ਵੀ ਪਹੁੰਚਣ ਗਿਆ ਤੇ ਮੇਰੇ ਤੱਕ ਵੀ ਪਹੁੰਚਣ ਗਿਆ ਤੇ ਇਹ ਟੀਵੀ ਵਾਲੇ ਤੱਕ ਵੀ ਪਹੁੰਚਣ ਗਿਆ ਜਿਹਦਾ ਜਿਹਦਾ ਫਾਇਦਾ ਹੋਏ ਉਹ ਕਰਦੇ ਰਹਿਣਾ ਚਾਹੀਦਾ ਮੇਰਾ ਖਿਆਲ ਹੈ ਕਿ ਮੈਨੂੰ ਹੁਣ ਇਜਾਜ਼ਤ ਦਿਓ ਥੈਂਕ ਯੂ ਵੈਰੀ ਮਚ